ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਾਸਟਰਕਿਡ ਹਿੰਦੀ ਤੇ ਐਸਐਸਟੀ ਮਾਸਟਰਕਿਡ ਦੀ ਸਕਰਟਨੀ ਲਈ ਜਿਨ੍ਹਾਂ ਨੂੰ ਬੁਲਾਇਆ ਗਿਆ ਇੱਕ ਨਵਾਂ ਨੋਟੀਫਿਕੇਸ਼ਨ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਤੇ ਸੂਧ ਪੱਤਰ ਹੈ ਜੀ ਇਹ ਤੇ ਤੁਹਾਨੂੰ ਪੜ ਕੇ ਸੁਣਾਉਣਾ ਹੈ ਨੋਟੀਫਿਕੇਸ਼ਨ ਦੇ ਵਿੱਚ ਕੀ ਦੱਸਿਆ ਗਿਆ ਸਿੱਖਿਆ ਭਾਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਮਿਤੀ 3 10 2022 ਅਤੇ ਮਿਤੀ 4 10 2022 ਨੂੰ ਹਿੰਦੀ ਅਤੇ ਸੋਸ਼ਲ ਸਾਇੰਸ ਲਈ ਜਾਰੀ ਕੀਤੇ ਗਏ ਸ਼ਡਿਊਲ ਵਿੱਚ ਮਿਤੀ 10 10 2022 ਨੂੰ ਹਿੰਦੀ ਅਤੇ ਮਿਤੀ 11 10 2022 ਨੂੰ ਸੋਸ਼ਲ ਸਾਇੰਸ ਵਿਸ਼ਿਆਂ ਵਿੱਚ ਜਰਨਲ ਕੈਟਾਗਰੀ ਦੇ ਉਮੀਦਵਾਰਾਂ ਨੂੰ ਆਪਣੇ ਅਸਲ ਦਸਤਾਵੇਜ਼ਾਂ ਦੀ ਸਕਰੂਟੀ ਲਈ ਸੱਦਾ ਦਿੱਤਾ ਗਿਆ। ਇਸ ਸਬੰਧੀ ਦੱਸਿਆ ਜਾਂਦਾ ਹੈ ਕਿ ਹਿੰਦੀ ਵਿਸ਼ੇ ਵਿੱਚ ਜਰਨਲ ਓਪਨ ਕੈਟਾਗਰੀ ਸਾਰੀਆਂ ਕੈਟਾਗਰੀਆਂ ਵਿੱਚ ਜਿਨ੍ਹਾਂ ਉਮੀਦਵਾਰਾਂ ਦੇ 134 ਅੰਕਨ ਇਸੇ ਤਰ੍ਹਾਂ ਸੋਸ਼ਲ ਸਾਇੰਸ ਵਿਸ਼ੇ ਵਿੱਚ ਜਰਨਲ ਓਪਨ ਕੈਟਾਗਰੀ ਸ਼ਾਰੀਆਂ ਕੈਟਾਗਰੀਆਂ ਵਿੱਚ ਜਿਨ੍ਹਾਂ ਉਮੀਦਵਾਰਾਂ ਦੇ 104 ਤੱਕ ਅੰਕ ਨੇ ਠੀਕ ਹੈ ਜੀ ਉਹ ਨਿਰਧਾਰਤ ਸ਼ੈਡਿਊਲ ਅਨੁਸਾਰ ਆਪਣੇ ਅਸਲ ਦਸਤਾਵੇਜ਼ਾਂ ਦੀ ਸਕਰੂਟੀਨ ਲਈ ਹਾਜ਼ਰ ਹੋਣਗੇ ਤੇ ਕਿਹੜੇ-ਕਿਹੜੇ ਡਾਕੂਮੈਂਟ ਤੁਸੀਂ ਲੈ ਕੇ ਜਾਣੇ ਆ ਤੇ ਸਕਰੂਟੀਨ ਲਈ ਕੀ-ਕੀ ਤੁਹਾਡੇ ਲਈ ਹਦਾਇਤਾਂ ਨੇ ਉਹ ਵੀਡੀਓ ਮੈਂ ਪੰਜਾਬੀ ਵਾਲਿਆਂ ਲਈ ਵੀ ਔਰ ਐਸਐਸਟੀ ਵਾਲਿਆਂ ਲਈ ਵੀ ਆਲਰੇਡੀ ਅਪਲੋਡ ਕਰ ਚੁੱਕੇ ਆ ਉਹ ਸਾਰਿਆਂ ਨੇ ਪਹਿਲਾਂ ਜਰੂਰ ਦੇਖਣੀਆਂ ਧਿਆਨ ਨਾਲ ਕਿਉਂਕਿ ਸੈਕਿਉਰਿਟੀ ਨੇ ਲਈ ਇਸ ਵਾਰ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਫੇਰ ਨਾ ਕਿਓ ਕਿ ਸਾਨੂੰ ਦੱਸਿਆ ਨਹੀਂ ਬਾਅਦ ਵਿੱਚ ਫਿਰ ਪਛਤਾਵੋਗੇ ਉੱਥੇ ਜਾ ਕੇ ਇਸ ਤੋਂ ਪਹਿਲਾਂ ਤੁਸੀਂ ਸਾਰ ਚੰਗੀ ਤਰ੍ਹਾਂ ਉਹ ਸਾਰੀਆਂ ਹਦਾਇਤਾਂ ਪੜ੍ਹਨੀਆਂ ਨੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਵੀ ਉਹ ਉਹਨਾਂ ਦੋਨਾਂ ਵੀਡੀਓ ਦਾ ਲਿੰਕ ਦੇ ਦਿੱਨਾ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਸਾਰੇ ਆਪਣੇ ਅਸਲ ਦਸਤਾਵੇਜ਼ ਤੁਸੀਂ ਨਾਲ ਲੈ ਕੇ ਜਾਣੇ ਨੇ ਹਦਾਇਤਾਂ ਜਰੂਰ ਧਿਆਨ ਨਾਲ ਪੜ੍ਹ ਲੈਣੀਆਂ ਨੇ ਧੰਨਵਾਦ